सत श्री अकाल दोस्तों, मैं थोड़ा तीरथ सिंह पिनाकल एजुकेशन एंड इमीग्रेशन प्राइवेट लिमिटेड तो मैं आस करता तुम सारे जने राजी खुशी से चढ़ती कला के होंगे। सब तो पहलों मैं वह सारे स्टूडेंट्स इन्हें ए पी आ चुकी हूँ उन्होंने उन्होंने परिवार वालों को बहुत बहुत बधाई दूंगा। तो वह सारे बच्चे जो वेट कर रहे उन्होंने परमात्मा को अरदास करूँगा कि उन्हों का भी रिजल्ट जल्दी जल्दी पॉजिटिव आए ता कि वह भी खुशियां साढ़े ना साझियां कर सकन। तो अज जड़िया बहुत अज की वीडियो इंपॉर्टेंट आ जोड़ा अज वैबीनार होया उदे तुहाडे नाल मैं 10 पॉइंट जिहड़े कि असी बनाए हैं कि जिहड़े मेन तुहाडे काम दीआं चीज़ां 10 पॉइंट मैं तुहाडे नाल डिस्कस करूँगा। सब तो वड्डी खुशखबरी, कैनेडा ने जिहड़े तकरीबन डाउट्स गए हुण तक मैनूं इहदा फील हो रहा कि हुण जिहड़े भी सारे सवाल सीगे क्लीयर हो गए, पिक्चर क्लीयर होगी कि टू स्टेज एएपी जिहड़ा प्रोसैस सीगा की चीज़ आ, तक बच्चे कि ट्रैवल कर सकते हाँ। सो तरह का सवाल का जवाब उन्होंने दिता। सो पॉजिटिव रहो, अपडेट रहो, इस वीडियो में वध तो वध जिन्ना भी हुंदा लाइक तो शेयर करो कि सारे जने देख सकन। तो किसी ने भी डरना नहीं, ना घबराना वा। जेकर तुहानू कोई भी इस वीडियो तो डाउट हुंदा तुसीं सानू साढ़े 85578 85578 दे नंबर ते रिंग करनी आ ते मैं पर्सनली आप तुहाडे जिहड़ा भी तुहाडा कोई डाउट होगा उहनू क्लीयर करूँगा। सो हुण इन शॉर्ट जिहड़े 10 पॉइंट मैं तुहाडे नाल डिस्कस करने हो मैं हुण तुहाडे नाल डिस्कस करूँगा। सब तो पहलों तो उन्होंने जिहड़ा टू प्रोसैस सिस्टम सीगा उत्ते बहुत वड्डी क्लैरिटी दित्ती आ। बच्चों का एक डाउट सीगा जिदा लास्ट उन्होंने एक अपना फेसबुक पर अपडेट दिता सीगा कि जिहड़े आने वाले दिनों दे विच ਕਿੱਦਾਂ ਕਿਹਨਾਂ ਨੂੰ ਏ ਪੀਜ਼ ਇਸ਼ੂ ਹੋਣਗੀਆਂ ਜਾਂ ਕਿੰਨਾ ਦਾ ਕੰਪਲੀਟ ਵੀਜ਼ਾ ਆਇਆ ਸੀਗਾ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀਆਂ ਕੰਪਲੀਟ ਫਾਈਲਸ ਨੂੰ ਉਹ ਫਾਈਨਲ ਸਟੇਜ ਦੇ ਮਤਲਬ ਕਿ ਉਹਨਾਂ ਦੀ ਏ ਪੀ ਨਹੀਂ ਮਤਲਬ ਕਿ ਫਾਈਨਲ ਉਹਨਾਂ ਦਾ ਵੀਜ਼ਾ ਫਾਈਨਲ ਰਿਜ਼ਲਟ ਆਏਗਾ। ਬਟ ਉਹਨਾਂ ਨੇ ਹੁਣ ਕਲੀਅਰ ਕਰ ਦਿੱਤਾ ਕਿ ਹਰ ਚਾਹੇ ਤੁਹਾਡੀ ਫਾਈਲ ਕੰਪਲੀਟ ਆ ਚਾਹੇ ਇਨਕੰਪਲੀਟ ਆ, ਏ ਆਈ ਪੀ ਹੀ ਪਹਿਲਾਂ ਇਸ਼ੂ ਹੋਏਗੀ। ਬਟ ਕੰਪਲੀਟ ਫਾਈਲਸ ਨੂੰ ਜਦੋਂ ਵੀ ਵੀਜ਼ਾ ਐਪਲੀਕੇਸ਼ਨ ਸੈਂਟਰਸ ਖੁੱਲ੍ਹਦੇ ਆ ਸੈਕਿੰਡ ਸਟੇਜ 'ਤੇ ਸਿਰਫ ਪਾਸਪੋਰਟ ਉਹਨਾਂ ਦਾ ਮੰਗਵਾਇਆ ਜਾਏਗਾ ਜਸਟ ਫੋਰ ਦਾ ਵੀਜ਼ਾ ਸਟੈਂਪਿੰਗ। ਸੋ ਇਸ ਡਾਊਟ ਕਲੀਅਰ ਹੋ ਗਿਆ, ਮੀਨਸ ਕਿ ਜਿਹੜਾ ਕੰਪਲੀਟ ਫਾਈਲਸ ਨੂੰ ਬਾਇਓਮੈਟ੍ਰਿਕ ਦੇਣ ਨਹੀਂ ਦੇਣਾ ਮਤਲਬ ਕਿ ਡਿਮਾਂਡ ਨਹੀਂ ਹੋਊਗੀ ਜਾਂ ਕਿਸੇ ਹੋਰ ਤਰ੍ਹਾਂ ਦਾ ਵੀ ਡਾਕੂਮੈਂਟ ਆ, ਕੰਪਲੀਟ ਫਾਈਲਸ ਨੂੰ ਸਿਰਫ ਪਾਸਪੋਰਟ ਮੰਗਵਾ ਕੇ ਉਹਨਾਂ ਨੂੰ ਸਟੈਂਪਿੰਗ ਹੋਊਗੀ ਤਾਂ ਬੱਚੇ ਉਹ ਸਾਰੇ ਟਰੈਵਲ ਕਰ ਸਕਣਗੇ। ਸੋ ਬਹੁਤ ਪੋਜ਼ਿਟਿਵ ਪੁਆਇੰਟ ਆ। ਬੱਚਿਆਂ ਦਾ ਕਾਫੀ ਸਵਾਲ ਸੀਗਾ ਕਿ ਯਾਰ ਕੰਪਲੀਟ ਫਾਈਲਸ ਦੀ ਵੀ ਏ ਪੀ ਆਈ, ਜਿੱਦਾਂ ਅਸੀਂ ਸ਼ੋਅ ਵੀ ਲਾਇਆ ਸੀਗਾ ਸਾਡੀ ਇੱਕ ਕੰਪਲੀਟ ਫਾਈਲ ਦਾ ਆਫਲਾਈਨ ਫਾਈਲ ਦੀ ਏ ਆਈ ਪੀ ਆਈ ਸੀ ਅਤੇ ਅਸੀਂ ਇਸੇ ਸ਼ੋਅ 'ਤੇ ਇਸੇ ਮੰਚ 'ਤੇ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ। ਅਤੇ ਇੱਕ ਹੋਰ ਇੰਪੋਰਟੈਂਟ ਗੱਲ ਸਾਰਿਆਂ ਲਈ, ਉਹਨਾਂ ਨੇ ਕਹਿ ਤਾ ਸੈਕਿੰਡ ਸਟੇਜ 'ਤੇ ਜਿਹੜਾ ਰਿਫਿਊਜ਼ਲ ਦੇ ਚਾਂਸਿਸ ਵੈਰੀ ਵੈਰੀ ਲੋ, ਕਿ ਰਿਫਿਊਜ਼ਲ ਦੇ ਚਾਂਸਿਸ ਜਿਹੜੇ ਤਿੰਨ ਰੀਜ਼ਨਸ ਆ ਪਰਟੀਕੁਲਰ ਆ, ਯੂ ਨੋ ਦੈਟ ਕਦੇ 1 in a million ਕੇਸਿਸ ਹੋਣਗੇ ਜਿਹੜੇ ਉਹ ਤਿੰਨ ਜਿਹੜੀਆਂ ਸਟੇਜਾਂ ਦੇ ਬੱਚੇ ਲਾਈ ਕਰਨਗੇ ਜਿੰਨਾ ਕਿ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ। ਸੋ ਰਿਫਿਊਜ਼ਲ ਦੀ ਟੈਂਸ਼ਨ ਛੱਡ ਦਿਓ, ਜੇ ਏ ਪੀ ਹੁੰਦਾ ਇੱਕ ਤਰ੍ਹਾਂ ਦਾ 99.9% ਵੀਜ਼ਾ ਹੀ ਆ। ਸੋ ਬੀ ਪੋਜ਼ਿਟਿਵ ਅਬਾਊਟ ਐਵਰੀਥਿੰਗ। ਸੋ ਸੈਕਿੰਡ, ਹਾਓ ਏ ਪੀਜ਼ ਆਰ ਕਮਿੰਗ, ਕਿੱਦਾਂ ਏ ਪੀਜ਼ ਆ ਰਹੀਆਂ, ਕਿਹਨਾਂ ਨੂੰ ਉਹ ਪ੍ਰੈਫਰੈਂਸ ਦੇ ਰਹੇ ਆ। ਪ੍ਰੈਫਰੈਂਸ ਦੇ ਰਹੇ ਆ ਕੰਪਲੀਟ ਫਾਈਲਸ ਨੂੰ ਜਿਨ੍ਹਾਂ ਦੇ ਸਾਰੇ ਡਾਕੂਮੈਂਟ ਪੂਰੇ ਲੱਗੇ ਹੋਏ ਆ। ਹਾਂ, ਉਹਨਾਂ ਨੇ ਇਹ ਵੀ ਕਿਹਾ ਕਿ ਫਸਟ ਕਮ ਫਸਟ ਸਰਵ ਆ, ਜਿੱਦਾਂ ਫਾਈਲਸ ਕਿਊ 'ਚ ਲੱਗੀਆਂ ਉਹ ਸਾਰਾ ਕੰਮ ਕਰ ਰਹੇ ਹਾਂ। ਜਿਹੜਾ ਡਿਲੇ ਹੋ ਰਿਹਾ, ਸਾਡੇ ਵੀ ਜੂਨ ਦੀਆਂ ਫਾਈਲਸ ਦੇ ਵੀ ਰਿਜ਼ਲਟ ਆਉਣ ਲੱਗ ਪਏ, ਬਟ ਮਾਰਚ ਦੀਆਂ ਜਿਹੜੀਆਂ ਫਾਈਲਸ ਲੌਜਮੈਂਟ ਸੀਗੀਆਂ ਉਹਨਾਂ ਦੀ ਹਜੇ ਅਸੀਂ ਵੇਟ ਕਰ ਰਹੇ ਹਾਂ। ਹੋ ਸਕਦਾ ਕਿਸੇ ਨਾ ਕਿਸੇ ਤਰ੍ਹਾਂ ਦੇ ਉਹਨਾਂ ਨੇ ਹੋਲਡ 'ਤੇ ਲਾਈਆਂ ਹੋਣ, ਬਟ ਫਿਰ ਵੀ ਉਹਨਾਂ ਨੇ ਇੱਕ ਰੀਜ਼ਨ ਵੀ ਦਿੱਤਾ ਵਾ। ਕਾਫੀ ਫਾਈਲਸ ਦੀਆਂ ਉਹ ਕਹਿੰਦੇ ਕਿ ਐਲ ਓ ਏ ਜਿਹੜੀਆਂ ਹਜੇ ਅਪਡੇਟਡ ਨਹੀਂ ਆ ਮਈ ਦੀਆਂ ਵਾ। ਸੋ ਸਾਰੇ ਬੱਚਿਆਂ ਨੂੰ ਮੇਰੀ ਰਿਕੁਐਸਟ ਆ, ਆਪਣੇ ਜਿਹੜੇ ਕੰਸਲਟੈਂਟ ਨਾਲ ਰਾਬਤਾ ਬਣਾਓ ਆਪਣੀ ਫਾਈਲ 'ਤੇ, ਜੇ ਉਹਨਾਂ ਨੇ ਤੁਹਾਡੀ ਐਲ ਓ ਏ ਅਪਡੇਟ ਨਹੀਂ ਕੀਤੀ ਹੋਈ ਨਾਲ ਦੀ ਨਾਲ ਅਪਡੇਟ ਜਲਦੀ ਤੋਂ ਜਲਦੀ ਕਰਵਾ ਕੇ ਤੁਸੀਂ ਆਪਣੀ ਏ ਆਈ ਪੀ ਲੈ ਸਕਦੇ ਆ। ਸੋ ਥਰਡ ਪੁਆਇੰਟ ਹੈ ਡੈਫਰਮੈਂਟ ਨੂੰ ਲੈ ਕੇ। ਆਲਰੇਡੀ ਪਿਛਲੇ ਵੈਬੀਨਾਰ 'ਚ ਵੀ ਉਹਨਾਂ ਨੇ ਕਲੀਅਰ ਕੀਤਾ ਸੀ, ਅਸੀਂ ਵੀ ਤੁਹਾਨੂੰ ਕਿਹਾ ਸੀਗਾ, ਉਹਨਾਂ ਨੇ ਕਿਹਾ ਸੀਗਾ ਨੰਬਰ ਆਫ ਡੈਫਰਮੈਂਟ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਿਸਟ੍ਰਿਕਸ਼ਨਸ ਨਹੀਂ ਹੈਗੀ। ਬਟ ਅੱਜ ਦੇ ਜਿਹੜੇ ਵੈਬੀਨਾਰ 'ਚੋਂ ਚੀਜ਼ ਕਲੀਅਰ ਹੋਈ ਆ ਕਿ ਤੁਸੀਂ ਏ ਆਈ ਪੀ ਆਉਣ ਤੋਂ ਬਾਅਦ ਵੀ ਡੈਫਰ ਆਪਣਾ ਕੋਰਸ ਕਰਵਾ ਸਕਦੇ ਹਾਂ। ਸੋ ਜਿਹੜਾ ਇੱਕ ਡਾਊਟ ਸੀਗਾ ਬੱਚਿਆਂ ਨੂੰ ਸੀਗਾ ਕਿ ਉਹ ਏ ਆਈ ਪੀ ਆਉਣ ਤੋਂ ਬਾਅਦ ਡੈਫਰ ਕਰਵਾਉਂਦੇ, ਕਿਤੇ ਨਾ ਕਿਤੇ ਉਹ ਰਿਫਿਊਜ਼ ਨਾ ਹੋ ਜਾਣ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਾ ਆ ਜੇ। ਸੋ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਹੁਣ ਆਪਣਾ ਜਿਹੜਾ ਵੀ ਏ ਆਈ ਪੀ ਆਉਣ ਤੋਂ ਬਾਅਦ ਵੀ ਡੈਫਰ ਕਰਵਾ ਸਕਦੇ ਹਾਂ। ਅਤੇ ਹੋਰ ਇਹਨੇ ਇੱਕ ਇੰਪੋਰਟੈਂਟ ਪੁਆਇੰਟ ਸੀਗਾ ਇਹਦੇ ਵਿੱਚ ਜਿਹੜਾ ਸੀਗਾ ਕਿ ਜਿਹੜੇ ਬੱਚਿਆਂ ਨੇ ਆਨਲਾਈਨ ਕਲਾਸਿਸ ਕਰ ਲਈਆਂ ਸਮ ਹੋ ਕਿਤੇ ਨਾ ਕਿਤੇ ਉਹ ਸੈਟਿਸਫਾਈਡ ਨਹੀਂ ਹੈਗੇ ਆਨਲਾਈਨ ਕਲਾਸਿਸ ਤੋਂ, ਉਹ ਵੀ ਬੱਚੇ ਡੈਫਰ ਕਰਵਾ ਸਕਦੇ ਆ। ਹਰ ਤਰ੍ਹਾਂ ਦੀ ਆਪਸ਼ਨਸ ਬੱਚਿਆਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਦੇ ਆ। ਕੈਨੇਡਾ ਨੇ ਜਿੱਦਾਂ ਕਿ ਡਾਊਟਫੁੱਲ ਹੋ ਰਿਹਾ ਸੀ, ਬੱਚੇ ਡਰ ਰਹੇ ਸੀ ਕਿ ਨਹੀਂ ਕੈਨੇਡਾ ਪਤਾ ਨਹੀਂ ਹੁਣ ਕੀ ਕਰੇਗਾ, ਉਹਨਾਂ ਨੇ ਹਰ ਤਰ੍ਹਾਂ ਦਾ ਸਵਾਲਾਂ ਦੇ ਜਵਾਬ ਬੱਚਿਆਂ ਨੂੰ ਹੁਣ ਇਸ ਜਿਹੜਾ ਵੈਬੀਨਾਰ ਦੇ ਵਿੱਚ ਕਲੀਅਰ ਕੀਤੇ ਆ। ਫੋਰਥ ਪੁਆਇੰਟ ਬਹੁਤ ਇੰਪੋਰਟੈਂਟ ਪੁਆਇੰਟ ਹੈ ਬੇਟਾ ਸਾਰਿਆਂ ਵਾਸਤੇ ਜਿਨ੍ਹਾਂ ਦੀ ਏ ਪੀ ਆ ਗਈ ਆ ਜਾਂ ਆਉਣੀ ਆ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਕਿ ਅਪਡੇਸ਼ਨ ਅਪਗ੍ਰੇਡੇਸ਼ਨ ਦਾ ਅਸੀਂ ਨਾਂ ਦਿੱਤਾ ਪੁਆਇੰਟ ਦਾ, ਕਿ ਤੁਸੀਂ ਕੋਈ ਵੀ ਸਟੈਪ ਚੱਕਦੇ ਆ, ਕੋਈ ਵੀ ਤੁਸੀਂ ਅਪਡੇਟ ਆਪਣੀ ਫਾਈਲ ਨੂੰ ਕਰਦੇ ਆ। ਫੋਰ ਐਗਜ਼ਾਮਪਲ ਕਹਾਂ ਕਿ ਤੁਸੀਂ ਹੁਣ ਡੈਫਰ ਕਰਵਾਇਆ ਐਲ ਓ ਏ, ਨਾਲ ਦੀ ਨਾਲ ਬੇਟਾ ਤੁਸੀਂ ਅਪਡੇਟ ਆਪਣੇ ਫਾਈਲ ਕਰਵਾਉਣੀ ਆ, ਨਹੀਂ ਛੱਡਣੀ ਕੋਈ ਵੀ ਚੀਜ਼ ਕਿਸੇ ਦੇ ਵਰਬਲੀ ਨਹੀਂ ਕਰਨਾ ਕੋਈ ਵੀ ਯਕੀਨ, ਹਰ ਚੀਜ਼ ਨੂੰ ਰਿਟਰਨ ਦੇ ਵਿੱਚ ਆਪਣੇ ਕੋਲ ਲੈ ਕੇ ਚੱਲਣਾ, ਕਿਉਂਕਿ ਜਦੋਂ ਤੁਸੀਂ ਬਾਅਦ ਵਿੱਚ ਟਰੈਵਲ ਕਰਨਾ ਵਾ, ਜਿਹੜੇ ਬਾਰਡਰ ਸਕਿਉਰਿਟੀ ਆਫਿਸਰਸ ਆ, ਜੇ ਕਿਤੇ ਕਿਤੇ ਨਾ ਕਿਤੇ ਕੋਈ ਚੀਜ਼ ਕੰਟਰਾਡਿਕਟ ਹੋਈ
ਤੁਹਾਨੂੰ ਉੱਥੋਂ ਉਹ ਡਿਪੋਰਟ ਵੀ ਕਰ ਸਕਦੇ ਆ, ਤੁਹਾਡਾ ਵੀਜ਼ਾ ਵੀ ਰਿਵੋਕ ਹੋ ਸਕਦਾ ਵਾ। ਸੋ ਇੱਦਾਂ ਦਾ ਬੇਟਾ ਕੋਈ ਰਿਸਕ ਨਹੀਂ ਲੈਣਾ, ਹਰ ਚੀਜ਼ ਨੂੰ ਜੈਨੂਅਨ ਜਦੋਂ ਵੀ ਤੁਹਾਡੇ ਤੋਂ ਜੇ ਅਪਡੇਟਡ ਐਲੋ ਤੁਹਾਡੀ ਆਉਂਦੀ ਆ ਨਾਲ ਦੀ ਨਾਲ ਉਹਨੂੰ ਤੁਸੀਂ ਅਪਡੇਟ ਕਰਨਾ ਵਾ। ਅਪਡੇਟ ਤੁਸੀਂ ਕਿੱਦਾਂ ਕਰ ਸਕਦੇ ਆ ਹੁਣ ਇਹ ਵੀ ਦੱਸਦਾ, ਨੋ ਡਾਊਟ ਆਪ ਬਿਲਕੁਲ ਇਹ ਟਰਾਈ ਨਹੀਂ ਕਰਨੀ, ਪ੍ਰੋਫੈਸ਼ਨਲਸ ਤੋਂ ਕਰਵਾਉਣਾ, ਆਪਣੇ ਕੰਸਲਟੈਂਟ ਤੋਂ ਕਰਵਾਉਣਾ। ਔਨਲਾਈਨ ਜੇ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾਂਦੇ ਆ ਕੈਨੇਡਾ ਦੀ ਆਫਿਸ਼ੀਅਲ ਵੈਬਸਾਈਟ 'ਤੇ ਇੱਥੇ, ਅਤੇ ਉੱਥੇ ਇੱਕ ਵੈਬ ਫਾਰਮ ਹੁੰਦਾ, ਤੁਸੀਂ ਜਿੱਥੇ ਜਾ ਕੇ ਅਪਡੇਟ ਕਰ ਸਕਦੇ, ਕੁਰੈਕਸ਼ਨ ਕਰਵਾ ਸਕਦੇ ਆ, ਆਪਣਾ ਰੈਫਰੈਂਸ ਨੰਬਰ ਪਵਾ ਕੇ, ਯੂਨੀਕ ਆਈਡੀ ਪਾ ਕੇ। ਸੋ ਜਿਹੜੇ ਪ੍ਰੋਫੈਸ਼ਨਲਸ ਹੁੰਦੇ ਆ ਕੰਸਲਟੈਂਟ ਆ ਤੁਹਾਡੇ, ਉਹਨਾਂ ਨੂੰ ਜ਼ਰੂਰ ਇਹ ਪਤਾ ਹੋਊਗਾ, ਤਾਂ ਤੁਸੀਂ ਜ਼ਰੂਰ ਇਹ ਨਾਲ ਦੀ ਨਾਲ ਇਹ ਚੀਜ਼ਾਂ ਦਾ ਧਿਆਨ ਰੱਖਣਾ। 6th ਪੁਆਇੰਟ ਬਹੁਤ ਇੰਪੋਰਟੈਂਟ ਆ, 6th ਪੁਆਇੰਟ ਵੀ ਬੱਚਿਆਂ ਨੂੰ ਡਾਊਟ ਸੀਗਾ, ਜਿੱਦਾਂ ਉਹਨਾਂ ਨੇ ਕਿਹਾ ਸੀਗਾ ਜੇ ਕਿਸੇ ਦੀ PCC ਦੇ ਵਿੱਚ ਜਾਂ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਅਤੇ ਉਹਨਾਂ ਦਾ ਵੀਜ਼ਾ ਵੀ ਰਿਫਿਊਜ਼ ਹੋ ਸਕਦਾ, ਅਤੇ PC ਇਜ਼ ਨੋਟ ਮੈਂਡੇਟਰੀ ਟੂ ਆਲ, ਉਹਨਾਂ ਨੇ ਕਿਹਾ ਕਿ ਕੇਸ ਟੂ ਕੇਸ ਡਿਫਰ ਕਰੇਗਾ, PCC ਤੁਸੀਂ ਆਪ ਨਹੀਂ ਕਰਵਾਉਣੀ, ਜੇ ਤੁਹਾਨੂੰ ਉਹ ਡਿਮਾਂਡ ਕਰਨਗੇ ਤਾਂ ਹੀ PCC ਕਰਵਾਉਣੀ। ਮੈਡੀਕਲ ਬਾਰੇ ਵੀ ਉਹਨਾਂ ਨੇ ਕਿਹਾ ਵਾ ਕਿ ਜੇ ਕਿਸੇ ਵੀ ਸਟੂਡੈਂਟ ਦੇ ਮੈਡੀਕਲ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆਉਂਦੀ, ਉਹਨੂੰ 12 ਤੋਂ 16 ਹਫ਼ਤੇ ਦਾ ਟਾਈਮ ਦੇਣਗੇ ਅਤੇ ਉਹਨਾਂ ਨੂੰ ਇੰਸਟਰਕਸ਼ਨਸ ਦੇਣਗੇ ਕਿ ਉਹ 12 ਤੋਂ 16 ਹਫ਼ਤੇ ਦੇ ਵਿੱਚ ਕਿਹੜੀਆਂ ਇੰਸਟਰਕਸ਼ਨਸ ਫੋਲੋ ਕਰੇ, ਤਾਂ ਕਿ ਉਹਨੂੰ ਜਿਹੜਾ ਕਿ ਆਪਣਾ ਇੰਪਰੂਵ ਕਰਕੇ ਕਿ ਆਪਣਾ ਜਿਹੜਾ ਵੀ ਫਾਈਨਲ ਸਟੈਪ ਹੀ ਸੈਕਿੰਡ ਸਟੇਜ 'ਤੇ ਉਹ ਵੀਜ਼ਾ ਲੈ ਸਕੇ। ਸੋ ਮੈਡੀਕਲ ਕਰਕੇ ਵੀ ਜਿਹੜਾ ਵੀਜ਼ਾ ਦੇ ਚਾਂਸਿਸ ਆ ਬਹੁਤ ਘੱਟ ਆ ਰਿਫਿਊਜ਼ ਹੋਣ ਦੇ। ਸੋ ਐਂਡ ਹੋਰ ਗੱਲ ਮੈਡੀਕਲ ਦੇ, ਇੱਕ ਹੋਰ ਕਹੂੰਗਾ, ਬੱਚਿਆਂ ਦਾ ਸਵਾਲ ਸੀਗਾ ਸੀ 6th ਵਿੱਚ, ਇਹਨੂੰ ਕਵਰ ਕਰੂੰਗਾ ਪੁਆਇੰਟਸ ਨੂੰ। ਸਟੂਡੈਂਟਸ ਕਹਿੰਦੇ ਸੀ ਸਾਡੀਆਂ ਫਾਈਲਸ ਲੱਗੀਆਂ ਹੋਈਆਂ, ਮੈਡੀਕਲ ਸਾਡਾ ਐਕਸਪਾਇਰ ਹੋਣ ਵਾਲਾ, ਕਿਉਂਕਿ ਮੈਡੀਕਲ 1 ਸਾਲ ਲਈ ਵੈਲਿਡ ਹੁੰਦਾ ਕਾਫੀ ਬੱਚਿਆਂ ਦੀਆਂ। ਪਾਸ ਵਿੱਚ ਪਹਿਲਾਂ ਮੈਡੀਕਲ ਕਰਵਾਏ ਸੀ, ਜਿੱਦਾਂ ਰਿਫਿਊਜ਼ਲਸ ਕੇਸਿਸ ਹੁੰਦੇ ਆ ਉਹਨਾਂ ਦੇ, ਅਤੇ ਉਹਨਾਂ ਨੇ ਕਿਹਾ ਕਿ ਹੋ ਸਕਦਾ ਕਿ ਉਹ ਕਿਸੇ ਮੈਡੀਕਲਸ ਨੂੰ 6 ਮਹੀਨੇ ਦੀ ਐਕਸਟੈਂਸ਼ਨਸ ਵੀ ਦੇ ਸਕਦੇ ਆਪਣੇ ਆਪ, ਬਟ ਇਹ ਤੁਹਾਡਾ ਕੰਮ ਨਹੀਂ। ਬਟ ਜੀ ਉਹਨਾਂ ਨੂੰ ਤੁਹਾਨੂੰ ਮੈਡੀਕਲ ਚਾਹੀਦਾ ਹੁੰਦਾ, ਉਹ ਤੁਹਾਡੇ ਨਾਲ ਆਪ ਕੰਟੈਕਟ ਕਰਨਗੇ, ਤੁਸੀਂ ਆਪ ਨਹੀਂ ਮੈਡੀਕਲ ਕਰਾਉਣਾ ਜਾਂ ਕੁਛ ਵੀ ਕਰਨਾ ਅਨਟਿਲ ਤੁਹਾਨੂੰ ਕੋਈ ਮੇਲ ਨਹੀਂ ਆਉਂਦੀ। ਸਾਡਾ ਜਿਹੜਾ ਇੱਕ AAP ਆਇਆ ਪਹਿਲੇ ਦਿਨ, ਜਿਹੜੀ ਅਸੀਂ ਇਸੇ ਮੰਚ 'ਤੇ ਸ਼ੇਅਰ ਕੀਤੀ ਸੀ, ਉਹਨੂੰ AAP ਦੀ ਰਿਕੁਐਸਟ ਉੱਤੋਂ, ਸੋਰੀ, ਮੈਡੀਕਲ ਦੀ ਰਿਕੁਐਸਟ ਉੱਤੋਂ ਦੁਬਾਰਾ ਮੰਗੀ ਗਈ ਸੀਗੀ, ਅਤੇ ਉਸ ਬੱਚੇ ਨੇ 11 ਜੁਲਾਈ ਨੂੰ ਮੈਡੀਕਲ ਆਪਣਾ ਦੁਬਾਰਾ ਕਰਵਾਇਆ ਸੀਗਾ। ਅਪਡੇਟ ਅਸੀਂ ਕਰਕੇ ਦੈਨ ਉਹਦੀ ਫਿਰ ਹੁਣ AAP ਸਾਨੂੰ ਮਿਲ ਚੁੱਕੀ ਹੈ। ਸੋ ਹੁਣ ਇਹ ਟਾਈਮ ਐਕਟਿਵ ਰਹਿਣ ਦਾ, ਆਪਣੇ ਕੰਸਲਟੈਂਟ ਨਾਲ ਪੂਰਾ ਰਾਬਤਾ ਬਣਾ ਕੇ ਰੱਖਣ ਦਾ, ਤਾਂ ਕਿ ਕਿਸੇ ਤਰ੍ਹਾਂ ਦਾ ਵੀ ਤੁਹਾਡੀ ਫਾਈਲ ਦੇ ਵਿੱਚ ਡਿਲੇ ਨਾ ਹੋ ਸਕੇ। ਨਾਲ ਦੀ ਨਾਲ ਰੈਗੂਲਰਲੀ ਈਮੇਲਸ ਆਪਣੀਆਂ ਜ਼ਰੂਰ ਚੈੱਕ ਕਰਦੇ ਰਹੋ, ਜੇ ਤੁਸੀਂ ਦਿੱਤੀਆਂ ਜਾਂ ਤੁਹਾਡੇ ਕੰਸਲਟੈਂਟ ਦੀਆਂ ਕੋਈ ਵੀ ਆ। ਔਨਲਾਈਨ ਕਲਾਸਿਸ ਕੌਣ ਲਾ ਸਕਦੇ ਆ, ਕੌਣ ਨਹੀਂ ਲਾ ਸਕਦੇ, ਉਹ ਤਾਂ ਪਤਾ ਹੀ ਆ। ਜਿਹਦੀ AAP ਆ ਗਈ ਤਾਂ ਤੁਸੀਂ ਆਪਣੀ ਔਨਲਾਈਨ ਕਲਾਸਿਸ ਸਟਾਰਟ ਕਰ ਸਕਦੇ ਆ। ਥੋੜ੍ਹੀ ਜਿਹਾ ਕਿਊਬਿਕ ਬਾਰੇ ਵਾਸਤੇ ਥੋੜ੍ਹਾ ਦੱਸਣਾ ਸੀਗਾ, ਕਿਊਬਿਕ ਬਾਰੇ ਜਿਹੜੇ ਬੱਚੇ ਆ ਉਹ ਜਦੋਂ ਤੱਕ CAQ ਨਹੀਂ ਆਉਂਦੀ ਔਨਲਾਈਨ ਕਲਾਸਿਸ ਬਿਲਕੁਲ ਨਹੀਂ ਲਾਉਣੀਆਂ, ਕਿਉਂਕਿ ਸਮਥਿੰਗ ਮੈਂ ਦੇਖਿਆ ਕਿਸੇ ਬੱਚਿਆਂ ਦਾ ਸਵਾਲ ਸੀਗਾ, ਉਹਨਾਂ ਨੇ CAQ ਅਪਲਾਈ ਕੀਤੀ ਹੋਈ, ਬਟ ਉਹਨਾਂ ਦਾ ਕਾਲਜ ਉਹਨਾਂ ਨੂੰ ਫੋਰਸ ਕਰ ਰਿਹਾ, ਮੈਂ ਨਾਂ ਨਹੀਂ ਲੈਣਾ ਉਸ ਮੰਚ ਦਾ। ਬਟ ਫਿਰ ਵੀ ਮੈਂ ਕਹੂੰਗਾ ਜਦੋਂ ਤੱਕ ਤੁਹਾਡੇ ਤੋਂ CAQ ਨਹੀਂ ਆਉਂਦੀ ਤੁਸੀਂ ਔਨਲਾਈਨ ਕਲਾਸਿਸ ਨਹੀਂ ਲੈਣੀਆਂ। AAP ਆਉਣ ਤੋਂ ਪਹਿਲਾਂ ਤੁਸੀਂ ਉਹਨਾਂ ਨੇ ਕਹਿ ਦਿੱਤਾ ਤੁਸੀਂ ਔਨਲਾਈਨ ਕਲਾਸਿਸ ਲੈ ਸਕਦੇ, ਟੋਟਲੀ ਅਪ ਟੂ ਯੂ, ਤੁਹਾਡਾ ਡਿਸੀਜ਼ਨ ਆ, ਲੈਣੀਆਂ ਚਾਹੋ ਲਓ, ਨਹੀਂ ਲੈਣੀਆਂ ਚਾਹੁੰਦੇ ਤਾਂ ਤੁਸੀਂ ਆਪਣਾ ਕੇਸ ਡੈਫਰ ਕਰਵਾ ਲਓ। ਸੋ ਇਹਦੇ 'ਚ ਕੋਈ ਵੀ ਕੰਪਲਸ਼ਨ ਕਿਸੇ ਤਰ੍ਹਾਂ ਦੀ ਵੀ ਨਹੀਂ ਆ। ਪਰ ਮੇਰੀ ਇੱਕ ਪਰਸਨਲ ਅਡਵਾਈਸ ਆ ਸਾਰੇ ਸਟੂਡੈਂਟਸ ਨੂੰ, ਤੁਹਾਡੀ ਜੇ AAP ਆਉਂਦੀ ਆ, ਤੁਹਾਡੇ ਕੋਲ ਰਿਸੋਰਸਿਸ ਹੈਗੇ ਆ, ਤੁਸੀਂ ਪੜ੍ਹ ਸਕਦੇ ਆ, ਤਾਂ ਜ਼ਰੂਰ ਔਨਲਾਈਨ ਕਲਾਸਿਸ ਬੇਟਾ ਲਓ, ਕਿਉਂਕਿ ਉਹਨਾਂ ਨੇ ਉੱਦਾਂ ਤਾਂ ਕਹਿ ਦਿੱਤਾ ਕਿ ਡੈਫਰਮੈਂਟ 'ਤੇ ਕੋਈ ਵੀ ਪ੍ਰੋਬਲਮ ਨਹੀਂ। ਪਰ ਜੇ ਆਪਾਂ ਸਾਰੇ ਹੀ ਡੈਫਰਮੈਂਟ ਲੈਟਰ ਲੈਣ ਵਾਸਤੇ ਅਪਲਾਈ ਕਰ ਸਕਦੇ ਹਾਂ, ਤਾਂ ਨਾ ਕਿਤੇ ਕਿਤੇ ਰੂਲਸ ਬਦਲਣ ਨੂੰ ਉਹਨਾਂ ਨੂੰ ਟਾਈਮ ਨਹੀਂ ਲੱਗੇਗਾ, ਉਹ ਕੋਈ ਨਾ ਕੋਈ ਨਵਾਂ ਰੂਲ ਕਿਸੇ ਵੇਲੇ ਵੀ ਕੱਢ ਸਕਦੇ ਆ। ਸੋ ਜੇਕਰ ਤੁਹਾਡੇ ਕੋਲ ਰਿਸੋਰਸਿਸ ਹੈਗੇ ਆ, ਤੁਸੀਂ ਤੁਹਾਡੇ ਕੋਲ ਫੈਸਿਲਿਟੀ ਹੈਗੀ ਆ, ਤਾਂ ਤੁਸੀਂ ਜ਼ਰੂਰ ਔਨਲਾਈਨ ਕਲਾਸਿਸ ਇੱਥੇ ਪੜ੍ਹ ਕੇ ਦੇਖੋ, ਤਾਂ ਤੁਹਾਨੂੰ ਬਹੁਤ ਲੌਂਗ ਟਰਮ ਬੈਨੀਫਿਟ ਮਿਲੇਗਾ। ਤੁਸੀਂ ਆਪਣੇ ਘਰ ਬੈਠੇ ਇੰਟਰਨੈਸ਼ਨਲ ਐਕਸਪੀਰੀਅੰਸ, ਕਿਉਂਕਿ ਜਦੋਂ ਆਪਾਂ ਨਵੇਂ ਕੈਨੇਡਾ ਜਾ ਕੇ ਵੀ ਤੁਹਾਨੂੰ ਔਨਲਾਈਨ ਪੜ੍ਹਨਾ ਪੈਣਾ, ਇੱਕ ਮਾਇੰਡ 'ਚ ਕਲੀਅਰ ਚੀਜ਼ ਰੱਖਣੀ ਆ, ਜਦੋਂ ਤੁਸੀਂ ਉਹੀ ਵਾਲੀ ਪੜ੍ਹਾਈ ਆਪਣੇ ਘਰ ਬੈਠੇ ਤੁਸੀਂ, ਕਿਉਂਕਿ ਉੱਥੇ ਜਾ ਕੇ ਤੁਹਾਨੂੰ ਆਪਣਾ ਰੋਟੀ ਪਾਣੀ ਸਾਰਾ ਕੁਝ ਜਾਂ ਹੋਰ ਵੀ ਆਪਣੇ ਸਾਰੀਆਂ ਜ਼ਿੰਮੇਵਾਰੀਆਂ ਵੀ ਆਪ ਚੱਕਣੀਆਂ ਪੈਣੀਆਂ, ਬਟ ਤੁਸੀਂ ਜਿਹੜਾ ਤੁਹਾਡੇ ਕੋਲ ਮੌਕਾ ਵਾ, ਤੁਸੀਂ ਜਿਹੜਾ ਇੱਕ ਸਮੈਸਟਰ ਜਾਂ ਉਹ ਤੋਂ ਘੱਟ ਟਾਈਮ ਤੁਸੀਂ ਆਪਣੇ ਘਰ ਬੈਠ ਕੇ ਆਪਣੀ ਫੈਮਿਲੀ ਦੇ ਨਾਲ ਯੂਜ਼ ਟੂ ਹੋ ਸਕਦੇ ਉਹਨਾਂ ਦੇ ਇਨਵਾਇਰਮੈਂਟ ਦਾ, ਜੇਕਰ ਤੁਸੀਂ ਪੜ੍ਹ ਸਕਦੇ ਤਾਂ ਜ਼ਰੂਰ ਪੜ੍ਹਨਾ, ਮੈਂ ਅਡਵਾਈਸ ਜ਼ਰੂਰ ਕਰੂੰਗਾ। ਤੁਹਾਡੇ ਕੋਲ ਰਿਸੋਰਸਿਸ ਆ ਤਾਂ ਜ਼ਰੂਰ ਪੜ੍ਹੋ, ਤਾਂ ਕਿ ਕਿਸੇ ਤਰ੍ਹਾਂ ਦਾ ਮਨ ਦੇ ਵਿੱਚ ਵਹਿਮ ਹੀ ਨਾ ਰਹਿ ਜੇ ਜਾਂ ਕੁਛ ਵੀ ਨਾ ਹੋਏ, ਅਤੇ ਓਬਵੀਅਸ ਆ ਉਹਦਾ ਬੈਨੀਫਿਟ ਜ਼ਿਆਦਾ ਵਾ, ਕਿਉਂਕਿ ਪੜ੍ਹਨ ਆਪਾਂ ਚੱਲੇ ਹਾਂ ਕੈਨੇਡਾ, ਪੜ੍ਹਾਈ ਤੋਂ ਬਿਲਕੁਲ ਵੀ ਕਿਸੇ ਨੇ ਨਹੀਂ ਡਰਨਾ। ਇਹਦੇ 'ਤੇ ਕੁਝ ਕਲੀਅਰੈਂਸ ਚਾਹੀਦੀ ਹੈ, ਕਲੈਰਿਟੀ ਚਾਹੀਦੀ ਆ, ਅਤੇ ਤੁਸੀਂ ਮੈਨੂੰ ਜ਼ਰੂਰ ਪੜ੍ਹ ਸਕਦੇ। ਹਾਂ, ਔਨਲਾਈਨ ਕਲਾਸਿਸ ਬਾਰੇ ਬੇਟਾ ਇੱਕ ਚੀਜ਼ ਦਾ ਜ਼ਰੂਰ ਧਿਆਨ ਕਰਨਾ, ਜੇਕਰ ਤੁਸੀਂ ਔਨਲਾਈਨ ਕਲਾਸਿਸ ਤੋਂ ਪੜ੍ਹਾਈ ਸਟਾਰਟ ਕੀਤੀ, ਤੁਸੀਂ ਆਪਣਾ ਫੁੱਲ ਸਟੱਡੀ ਲੋਡ ਲੈਣਾ ਵਾ, ਕਿਉਂਕਿ ਇਹ ਨਾ ਹੋਵੇ ਤੁਸੀਂ ਇਹ ਤੋਂ ਘੱਟ ਸਬਜੈਕਟਸ ਲੈ ਲਓ, ਫੁੱਲ ਸਟੱਡੀ ਲੋਡ ਨਾ ਲਓ, ਅਤੇ ਜਦੋਂ ਵਰਕ ਪਰਮਿਟ ਤੁਸੀਂ ਅਪਲਾਈ ਕਰਨਾ ਤੁਸੀਂ ਐਲੀਜੀਬਲ ਹੀ ਨਾ ਹੋ ਸਕੋ। ਸੋ ਇੱਦਾਂ ਦਾ ਬਿਲਕੁਲ ਨਹੀਂ ਕਰਨਾ, ਜੇ ਇੰਡੀਆ ਪੜ੍ਹਨਾ ਸ਼ੁਰੂ ਕੀਤਾ ਤਾਂ ਫੁੱਲ ਸਟੱਡੀ ਲੋਡ ਤੁਸੀਂ ਲੈਣਾ ਵਾ, ਜਿੰਨਾ ਕਿ ਤੁਹਾਨੂੰ ਮਿਨੀਮਮ ਕ੍ਰੈਡਿਟਸ ਉੱਥੇ ਦੇ ਚਾਹੀਦਾ ਹੀ ਇੱਕ ਸਮੈਸਟਰ
थोड़ी जी प्रोसैसिंग फीस आ, तो वो तुसी दे के तुसी जिहड़ा अपना वीज़ा एक्सटेंड करवा सकते हैं। 8th वेरी इंपोर्टेंट सपोर्ट लैटर जिहड़े 18 मार्च तो पहले वीज़ा जिन्हां बच्चों के आया हुआ वा वो सारे बच्चे ना हुण जिहड़ा सपोर्ट लैटर ऑबवियस हुण हर कॉलेज इशू करने शुरू कर दिता वा, बट उन्होंने अच्छ कलैरिटी करती कि सपोर्ट लैटर की मैनशन होना किया होना चाहिए। सपोर्ट लैटर के मैनशन होना चाहिए कि तुहाडी पढ़ाई बहुत जरूरी आ, हाइब्रिड आते जे हाइब्रिड भी आते तुहानू किन्नी परसेंट तुहाडी जिहड़ी पढ़ाई आ ਤੁਹਾਡੀ ਕਿੰਨੀ ਪ੍ਰੈਕਟੀਕਲ ਆ, ਤੁਹਾਨੂੰ ਕਿੰਨੀ ਲੈਬੋਰਟਰੀ ਕਲਾਸਿਸ ਲਾਉਣੀਆਂ ਪੈਣੀਆਂ, ਮੀਨਸ ਕਿ ਤੁਸੀਂ ਔਨਲਾਈਨ ਦੇ ਵਿੱਚ ਕਿੰਨਾ ਤੁਸੀਂ ਘੱਟ ਤੁਹਾਡਾ ਪ੍ਰੋਪੋਰਸ਼ਨ ਆ, ਪ੍ਰੋਪਰ ਇੱਕ ਕਲੈਰੀਫਿਕੇਸ਼ਨ ਚੀਜ਼ 'ਤੇ ਚਾਹੀਦੀ ਆ। ਵਨ ਮੋਰ ਥਿੰਗ, ਸਟ੍ਰਿਕਟਲੀ ਉਹਨਾਂ ਨੇ ਵਾਰਨਿੰਗ ਦਿੱਤੀ ਆ, ਜੇਕਰ ਤੁਸੀਂ ਆਪ ਅਮੈਂਡਮੈਂਟ ਕਰਦੇ ਆ, ਕਿਉਂਕਿ ਉਹ ਚੀਜ਼ਾਂ ਦੀ ਪ੍ਰੋਪਰ ਇਨਕੁਆਇਰੀ ਕਰਨਗੇ ਜਿਹੜੇ ਬਾਰਡਰ ਸਿਕਿਉਰਟੀ ਆਫਿਸਰ ਹੋਣਗੇ, ਜੇ ਕਿਸੇ ਨੇ ਆਪਣੇ ਆਪ ਅਮੈਂਡਮੈਂਟ ਕਰਨ ਦੀ ਟਰਾਈ ਕੀਤੀ, ਕੋਈ ਲਾਈਨਸ ਆਪ ਐਡ ਕਰਵਾਈਆਂ ਕਿਸੇ ਤੋਂ ਵੀ ਕਹਿ ਕੇ, ਬਹੁਤ ਤਕੜਾ ਨੁਕਸਾਨ ਉਹਦਾ ਆਪਾਂ ਨੂੰ ਦੇਖਣਾ ਪੈ ਸਕਦਾ, ਆਪਣਾ ਵੀਜ਼ਾ ਕੈਂਸਲ ਹੋ ਸਕਦਾ, ਆਪਣੇ 'ਤੇ ਬੈਨ ਲੱਗ ਸਕਦਾ। ਸੋ ਕਿਸੇ ਵੀ ਸਟੂਡੈਂਟ ਨੇ ਕਾਹਲੀ ਬਿਲਕੁਲ ਨਹੀਂ ਕਰਨੀ ਬੇਟਾ, ਬਹੁਤ ਹੀ ਸੋਚ ਸਮਝਣ ਦਾ ਅਤੇ ਕਹਿ ਸਕਦਾ ਕਿ ਸਿਆਣਪ ਵਾਲਾ ਸਟੈਪ ਤੁਸੀਂ ਚੱਕਣਾ, ਬਿਲਕੁਲ ਵੀ ਕਾਹਲੀ ਜਾਂ ਕਿਸੇ ਦੇ ਮਗਰ ਨਹੀਂ ਲੱਗਣਾ। 9th ਪੁਆਇੰਟ PTE ਨੂੰ ਲੈ ਕੇ ਆ, PTE ਦੀ ਕਲੈਰੀਫਾਈ ਆਲਰੇਡੀ ਹੋ ਚੁੱਕੀ ਆ, PTE ਉਹਨਾਂ ਨੇ ਵੈਲਿਡ ਸਾਨੂੰ ਕਰ ਦਿੱਤੀ ਆ, PTE ਪਿਛਲੇ ਵੈਬੀਨਾਰ 'ਚ ਵੀ ਕਲੈਰੀਫਾਈ ਕੀਤਾ ਸੀ, ਬਟ ਜਿਹੜਾ ਹੁਣ ਇੱਕ ਉਹਨਾਂ ਨੇ ਕਹਿ ਤਾ ਕਿ PTE ਦਾ ਆਪਣਾ ਤੁਸੀਂ ਜਿਹੜਾ ਆਪਾਂ ਲੋਗਿਨ ਪਾਸਵਰਡ ਭੇਜਦੇ ਹਾਂ ਫੋਰ ਦਾ ਵੈਰੀਫਿਕੇਸ਼ਨ, ਉਹਨਾਂ ਨੇ ਕਿਹਾ ਕਿ PTE ਦੇ ਪੋਰਟਲ 'ਤੇ ਜਾ ਕੇ ਬੇਟਾ ਹਰ IELTS ਦੀ ਵੀ ਫੈਸਿਲਿਟੀ ਹੁੰਦੀ ਆ, ਹਰ ਸਟੂਡੈਂਟ ਨੂੰ ਹੁੰਦੀ ਆ, ਜੇ ਤੁਸੀਂ IELTS ਦਾ ਪੇਪਰ ਦਿੰਦੇ ਜਾਂ PTE ਦਾ ਵੀ ਹੈਗਾ ਵਾ, PTE ਦੇ ਪੋਰਟਲ ਤੋਂ ਜਾ ਕੇ ਤੁਸੀਂ ਜਿਹੜਾ ਆਪਣਾ ਰਿਜ਼ਲਟ ਆ ਡਾਇਰੈਕਟ RACC ਨੂੰ ਉਹਨਾਂ ਕੋਲ ਸੈਂਡ ਕਰਵਾਓ। ਸੋ ਮੀਨਸ ਤੁਹਾਨੂੰ ਕੋਈ ਵੈਰੀਫਿਕੇਸ਼ਨ ਦਾ ਝੰਝਟ ਨਹੀਂ ਰਹੂਗਾ, ਤਾਂ 100% ਅਕਸੈਪਟੇਬਲ ਆ PTE ਦਾ ਰਿਜ਼ਲਟ। ਸੋ ਕਿਸੇ ਚੀਜ਼ ਦਾ ਵੀ ਕੋਈ ਵੀ ਡਰਨ ਦੀ ਲੋੜ ਨਹੀਂ। 10th ਲਾਸਟ ਪੁਆਇੰਟ, Stage 2 ਜਿਹੜਾ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਲੱਗੇਗਾ, ਅਤੇ ਉਹਨਾਂ ਨੇ ਹੁਣ ਕਲੀਅਰ ਕਰ ਦਿੱਤਾ, ਕਿਉਂਕਿ ਹਜੇ Stage 2 ਖੁੱਲ੍ਹੀ ਨਹੀਂ, ਵੀਜ਼ਾ ਐਪਲੀਕੇਸ਼ਨ ਸੈਂਟਰਸ ਖੁੱਲ੍ਹੇ ਨਹੀਂ ਹੈਗੇ, ਅਤੇ ਕਿੱਦਾਂ ਦੀ ਸਿਚੁਏਸ਼ਨ ਹੁੰਦੀ ਹਜੇ ਕਲੀਅਰ ਨਹੀਂ। ਬਟ ਹਾਂ, ਜਿਹੜੀਆਂ ਕੰਪਲੀਟ ਫਾਈਲਸ ਆ ਓਬੀਅਸ ਆ, ਸਿਰਫ ਉਹਨਾਂ ਦਾ ਪਾਸਪੋਰਟ ਮੰਗਵਾ ਕੇ ਜਲਦੀ ਟਰੈਵਲ ਹੋਊਗਾ। ਸੋ ਪ੍ਰੋਸੈਸਿੰਗ ਟਾਈਮਸ ਉਹ ਕਹਿੰਦੇ ਸੀ ਡਿਫਰ ਕਰੇਗਾ ਤਾਂ ਸਿਚੁਏਸ਼ਨ ਨੂੰ, ਕਿੱਦਾਂ ਦੀ ਸਿਚੁਏਸ਼ਨ ਕਿੰਨੀ ਜਲਦੀ ਸਹੀ ਹੁੰਦੀ ਆ, ਕਿੰਨਾ ਜ਼ਿਆਦਾ ਉਹਨਾਂ ਦਾ ਸਟਾਫ ਇੱਕ ਟਾਈਮ 'ਤੇ ਕੰਮ ਕਰ ਸਕਦਾ, ਅਤੇ ਉਹਦੇ ਹਿਸਾਬ ਨਾਲ ਜਿਹੜੀ ਹੈ ਪ੍ਰੋਸੈਸਿੰਗ ਜਿਹੜੀ ਆ ਸਟੇਜ ਆ ਉਹ ਕਲੀਅਰ ਕਰਨਗੇ। ਚਲੋ ਦੋਸਤੋ, ਹੁਣ ਫਿਰ ਵੀ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਡਾਊਟ ਹੋਵੇ, ਫਿਰ ਵੀ ਤੁਸੀਂ ਸਾਨੂੰ ਬਾਅਦ ਵਿੱਚ ਸਾਡੇ ਇਸੇ ਨੰਬਰ 'ਤੇ ਕੰਟੈਕਟ ਕਰ ਸਕਦੇ ਹਾਂ, 85578 'ਤੇ, ਅਤੇ ਮੇਰੀ ਪਰਮਾਤਮਾ ਨੂੰ ਅਰਦਾਸ ਆ ਸਭ ਦਾ ਭਲਾ ਹੋਵੇ, ਸਾਰਿਆਂ ਦਾ ਰਿਜ਼ਲਟ ਪੋਜ਼ੀਟਿਵ ਆਵੇ ਜਲਦੀ ਤੋਂ ਜਲਦੀ, ਅਤੇ ਜਿਹੜੀਆਂ ਵੀ ਆ ਕਠਿਨਾਈ ਦਾ ਟਾਈਮ ਆਇਆ ਖਤਮ ਹੋਵੇ ਜਲਦੀ ਤੋਂ ਜਲਦੀ, ਕਿ ਲਾਈਫ ਬੈਕ ਟੂ ਨੋਰਮਲ ਆ ਸਕੇ। ਸਤਿ ਸ਼੍ਰੀ ਅਕਾਲ ਜੀ।